ना 10 दिन तो पिंड दे विच गड्डियां मोटरसाइकिल बहुत ज़्यादा, कोई आ गया कोई चला गया, कोई आ गया कोई चला गया, इदा लग्या होया सीगा। तो पिंड वालों शक हो गया भी कोई ना कोई गलत काम हो रहा। तकरीबन राती 6:30 बजे के करीब पिंड आए हे समान लैके, मगर ही 2-3 बंदे इन्हां दे होर लैण वाले सीगे जिन्हां नूं डिलीवरी करनी सीगी। तो सारा पिंड ने इकट्ठा होकर इन्हां नूं घेरा पा लिया, समान लैके आउंदे आ भी इत्थे पिंडां जाके सप्लाई करदे आ। पिछले महीने 3-4 पहले सवारी मैं देखी घर। मेरे नाल नहीं पीता लैके जरूर जाता, मेरे जो पैसे लैन आदल लैके जाता हजार 1500 देने के 15-20 मिली। हां जी सुखविंदर सिंह जॉब करता ਉਹ ਸੀਆਈਏ ਮਤਲਬ ਖੰਨੇ ਆ ਲੁਧਿਆਣੇ ਆ ਜੀ। ਪਹਿਲਾਂ ਖੰਨੇ ਸੀਗਾ ਹੁਣ ਮੈਨੂੰ ਲੱਗਦਾ ਉਹ ਆ ਜਾ ਇਹ ਕਮਰੇ ਦੇ ਆਉਣੇ ਭੈਣ ਕਮਰੇ ਦੇ ਆਉਣੇ ਓਏ ਉਹ ਬੈਗ ਤਾਂ ਨਹੀਂ ਕਾਲਾ ਆ ਉਹ ਤਾਂ ਬੈਗ ਕਾਲਾ ਆ ਉਹ ਚੱਕ ਕੇ ਲੈ ਯਾਰ दो जने अंदर खड़ जाओ, बाकी सारे बाहर आ जाओ, दो जने अंदर खड़ जाओ। अंदर अर्श तुम दोनों ने खड़ जो मुंडा ला दो, ला दो मुंडा ला दो, बहुत ला लो मुंडा। वीडियो नहीं बनानी मैं, जा तू भी एक मिनट यार चल जा, जा एक नु बुला लो। गुरप्रीत सिंह जी के पिंड है जी, पिंड चक्की जी। जिहड़े तुसीं राती स्मैक वाले फड़े गए आ, किस तरह तुहानूं पता लग्गिया वी बंदे स्मैक बेचण आए? तकरीबन 10 दिन तो पिंड दे विच गड्डियां मोटरसाइकिल बहुत ज़्यादा, कोई आ गया कोई चला गया, कोई आ गया कोई चला गया, इदां लग्गिया होया सीगा। तो पिंड वालों शक हो गया भी कोई ना कोई गलत काम हो रहा, जिहदी बदौलत पिंड वालियां ते सारे निगाह रखनी शुरू कर दित्ती। निगाह रखण तो बाद पता चलिया वी इह बंदे स्मैक दा काम कर रहे। काम करन तो जदों काम करदे रहे, लोकां ने पूरी निगाह रखनी शुरू कीती, तां इह कल इह तकरीबन राती 6:30 बजे करीब पिंड आए हे समान लैके, मगर ही 2-3 बंदे इन्हां दे होर लैण वाले सीगे जिन्हां नूं इन्हां डिलीवरी करनी सीगी। तो सारा पिंड ने इकट्ठा होकर इन्हां नूं घेरा पा लिया। घेरा पाउण तों बाद इन्हां दी तलाशी लई गई। तलाशी च इन्हां दी जेब दे विचों कंडा समान सारा कुछ, मतलब जो हुंदा सिस्टम इन्हां दा टोटली इन्हां दे कोल सीगा। उस तों बाद असीं SSP साहब नूं कॉल कीती खन्ना साहब, उन्हां ने साडे कोल जदे अपनी फोर्स भेजी, फिर इन्हां दी गड्डी दी तलाशी लई गई, उहदे विचों वी समान बरामद होया। ਪਿੰਡਾਂ ਜਾ ਕੇ ਸਪਲਾਈ ਕਰਦੇ ਹਾਂ।
ਤੁਹਾਡੇ ਪਿੰਡ ਦੇ ਕੋਈ ਸ਼ਖਸ ਵੀ ਨਸ਼ਾ ਕਰਦੇ ਜਿਨ੍ਹਾਂ ਕੋਲੇ ਆਏ ਸੀ? ਹਾਂਜੀ, 3 ਬੰਦੇ ਕਰਦੇ ਨੇ ਹੋਰ ਜੀ, ਹੁਣ ਪਿੰਡੋਂ ਭੱਜੇ ਹੋਏ ਨੇ। ਕਿੰਨੇ ਕੁ ਟਾਈਮ ਤੋਂ ਤੁਹਾਡੇ ਪਿੰਡ ਦੇ ਵਿੱਚ ਆ ਰਹੇ ਨੇ ਮੁੰਡੇ? ਇਹਨਾਂ ਨੂੰ ਤਕਰੀਬਨ 10-15 ਦਿਨ ਤੋਂ ਲੱਗੇ ਹੋਏ ਸੀ ਜੀ। ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਨੂੰ ਇਹਦੀ ਕੰਪਲੇਂਟ ਕਰ ਦਿੱਤੀ ਗਈ? ਪ੍ਰਸ਼ਾਸਨ ਨੂੰ ਅਸੀਂ ਕੰਪਲੇਂਟ ਕੀਤੀ, ਪ੍ਰਸ਼ਾਸਨ ਨੇ ਮੌਕੇ 'ਤੇ ਆ ਕੇ FIR ਦਰਜ ਕਰ ਲਈ ਜੀ, ਬੰਦਿਆਂ ਨੂੰ ਜੇਲ੍ਹ ਭੇਜ ਦੇਣਗੇ। ਅੱਜ ਪਿੰਡ ਚੱਕੀ ਤੋਂ ਸਮੈਕ ਵਾਲੇ ਪਰਸਨ ਫੜੇ ਗਏ, ਉਸ ਬਾਰੇ ਸਰਪੰਚ ਗੁਰਪ੍ਰੀਤ ਸਿੰਘ ਸਾਬਕਾ ਜਿਹੜੇ ਆਪਣੇ ਪਿੰਡ ਚੱਕੀ ਦੇ ਆ, ਉਹਨਾਂ ਟੈਲੀਫੋਨ 'ਤੇ ASC ਜਰਨੈਲ ਸਿੰਘ ਨੂੰ ਸਲਾਹ ਦਿੱਤੀ ਕਿ ਬਲੈਰੋ ਪਜੈਰੋ ਗੱਡੀ ਜਿਹੜੀ ਹੈ ਉਹਦੇ ਵਿੱਚ 3 ਨੌਜਵਾਨ ਸਵਾਰ ਹੋ ਕੇ ਸਾਹਿਬ ਸਿੰਘ ਦੇ ਘਰ ਪਿੰਡ ਚੱਕੀ ਆਏ ਆ ਅਤੇ ਜਿਹੜੇ ਆਪਣੇ ਗਾਹਕਾਂ ਨੂੰ ਜਿਹੜੇ ਆ ਸਮੈਕ ਵੇਚ ਰਹੇ ਆ, ਅਤੇ ਉਹਨਾਂ ਨੇ ਉਹਨਾਂ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ ਅਤੇ ਉਹਨਾਂ ਪਾਸੋਂ ਉਹਨਾਂ ਨੇ ਇੱਕ ਬੈਗ ਫੜਿਆ ਸੀਗਾ। ਬੈਗ ਦੇ ਵਿੱਚੋਂ 1 ਗ੍ਰਾਮ ਉਹਨਾਂ ਨੂੰ ਸਮੈਕ ਮਿਲ ਗਈ ਸੀ ਅਤੇ ਕੁਛ ਲਿਫਾਫੀਆਂ ਮਿਲੀਆਂ ਸੀ, 2 ਲੈਟਰ ਸੀਗੇ ਅਤੇ 1 ਉਹਨਾਂ ਨੂੰ ਜਿਹੜਾ ਕੰਪਿਊਟਰ ਕੰਡਾ ਮਿਲਿਆ ਸੀਗਾ ਉਹ ਕਾਬੂ ਕੀਤਾ, ਫੜਿਆ ਹੋਇਆ ਸੀ ਉਹਨਾਂ ਨੇ ਉਦੋਂ। ਅਤੇ ASC ਜਰਨੈਲ ਸਿੰਘ ਨੇ ਮੌਕੇ 'ਤੇ ਜਾ ਕੇ ਇਹਨਾਂ 3 ਨੂੰ ਕਾਬੂ ਕਰਕੇ ਅਤੇ ਫਿਰ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਅਤੇ ਗੱਡੀ ਜਿਹੜੀ ਪਜੈਰੋ ਗੱਡੀ ਆ ਉਹਦੇ ਵਿੱਚੋਂ ਜਿਹੜੀ ਫਿਰ ਉਹਦੇ ਡੈਸ਼ਬੋਰਡ ਵਿੱਚੋਂ 9 ਗ੍ਰਾਮ ਹੋਰ ਉਹਨਾਂ ਨੂੰ ਸਮੈਕ ਮਿਲੀ ਸੀ। ਅਤੇ ਉਸ ਦੇ ਆਧਾਰ 'ਤੇ ਜਿਹੜੇ ਆ ਇਹਨਾਂ 3 ਦੋਸ਼ੀ ਜਿਹੜੇ ਸੀ, ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਅਤੇ ਸੁਖਪ੍ਰੀਤ ਸਿੰਘ ਦੇ ਖਿਲਾਫ਼ ਜਿਹੜੀ ਹੈ ਅਸੀਂ ਕਾਰਵਾਈ ਕਰਤੀ ਹੈ ਅਤੇ ਜਿਹੜੇ ਉਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ। ਪੇਸ਼ ਅਦਾਲਤ ਕਰਕੇ ਜਿਹੜਾ ਉਹਨਾਂ ਦਾ ਰਿਮਾਂਡ ਲਿਆ ਜਾਵੇ ਅਤੇ ਅੱਗੇ ਜਾ ਕੇ ਜਿੱਥੋਂ ਲੈ ਕੇ ਜਾ ਆਉਣ ਆ ਰਹੇ ਆ ਅਤੇ ਉਹਨਾਂ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰ ਕਦੋਂ ਤੋਂ ਕੰਮ ਕਰ ਰਹੇ ਸੀਗੇ? ਇਹਦੇ ਦੱਸਣ ਮੁਤਾਬਕ, ਜਿਹੜਾ ਗੁਰਪ੍ਰੀਤ ਸਿੰਘ ਦੱਸਣ ਮੁਤਾਬਕ, ਇਹ ਸਮੈਕ ਵਗੈਰਾ ਲੈ ਕੇ ਆਉਂਦਾ ਅਤੇ ਲਿਆ ਕੇ ਅੱਗੇ ਜਿਹੜੇ ਇਹ ਲਵਪ੍ਰੀਤ ਹੈ ਅਤੇ ਸੁਖਪ੍ਰੀਤ ਸਿੰਘ ਹੈ ਇਹ ਅੱਗੇ ਪਬਲਿਕ ਦੇ ਵਿੱਚ ਇਹ ਅੱਗੇ ਸਪਲਾਈ ਕਰਦੇ ਨਾਲ। ਕਿੱਥੋਂ ਇਹ ਲੈ ਕੇ ਆਉਂਦੇ ਆ? ਇਹ ਹੁਸ਼ਿਆਰਪੁਰ ਦਾ ਕੋਈ ਬੰਦਾ ਹੈ, ਉਹ ਤੋਂ ਲੈ ਕੇ ਆਉਂਦੇ ਆ, ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੋ। ਬਸ ਅਸੀਂ ਤੁਹਾਨੂੰ ਦੱਸਦੇ ਜਿਹਨਾਂ ਦੇ ਘਰ ਦੇ ਵਿੱਚ ਮੰਡ ਰਹੇ ਸੀਗੇ, ਵੇਚ ਰਹੇ ਸੀ, ਤਾਂ ਉਹ ਸ਼ਖਸ ਵੀ ਤਾਂ ਅਸੀਂ ਕਾਬੂ ਕੀਤਾ? ਉਹਨਾਂ ਦਾ ਲੜਕਾ ਹੀ ਹੈ ਸੁਖਪ੍ਰੀਤ ਸਿੰਘ, ਪੁੱਤਰ ਸਾਹਿਬ ਸਿੰਘ, ਜਿਹੜਾ ਕਿ ਉਹ ਪਿੰਡ ਚੱਕੀ ਦਾ ਹੀ ਹੈ। ਅਤੇ ਇਹ 2 ਲੜਕੇ ਜਿਹੜੇ ਗੁਰਪ੍ਰੀਤ ਅਤੇ ਆਪਣਾ ਲਵਪ੍ਰੀਤ ਹੈ, ਇਹ ਪਿੰਡ ਮਾਣੇਵਾਲ ਦੇ ਆ। ਸਰ ਇਹ ਆਪ ਵੀ ਨਸ਼ਾ ਕਰਨ ਦੇ ਆਦੀ ਨੇ? ਹਾਂ, ਜਿਹੜਾ ਗੁਰਪ੍ਰੀਤ ਸਿੰਘ ਹੈ ਇਹ ਨਸ਼ਾ ਕਰਦਾ, ਦੂਸਰੇ ਮੁੰਡੇ ਜੇ ਨਸ਼ਾ ਕਰਦੇ ਹੋ ਸਕਦੇ ਥੋੜ੍ਹਾ ਬਹੁਤਾ, ਪਰ ਇੰਨਾ ਨਹੀਂ ਕਰਦੇ। ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਦੁਖੀ ਭੈਣ ਭਰਾ ਦੇ ਸੱਚੇ ਹਮਦਰਦ ਬਾਬਾ ਅਫਜ਼ਲ ਖਾਨ, 9889484580। ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਵਿਆਹ ਵਿੱਚ ਰੁਕਾਵਟ, ਖੋਇਆ ਪਿਆਰ ਵਾਪਸ ਪਾਉਣਾ, ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਬੁਰੇ ਸੁਪਨੇ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ। ਇਟਸ ਮਾਈ ਪ੍ਰੋਮਿਸ। ਬਾਬਾ ਅਫਜ਼ਲ ਖਾਨ, 9889484580।